ਗੁਰੂ ਨਾਨਕ ਸਾਹਿਬ ਦੀ ਪਵਿੱਤਰ ਨਾਮ ਤੋਂ ਰੱਖੀ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ। ਮੈਂ ਵਾਈਸ ਚਾਂਸਲਰ ਸਾਹਿਬ ਨੂੰ ਮਿਲਣ ਆਇਆ ਸੀ, ਬੜਾ ਇੱਕ ਸੰਗੀਨ ਗੰਭੀਰ ਅਤਿਅੰਤ ਜ਼ਰੂਰੀ ਵਿਸ਼ਾ ਲੈ ਕੇ। ਇਹ ਇਕੱਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਿਸ਼ਾ ਨਹੀਂ ਹੈ, ਪੰਜਾਬ ਦੀਆਂ ਜਿਹੜੀਆਂ ਸਰਕਾਰੀ ਯੂਨੀਵਰਸਿਟੀਆਂ ਨੇ, ਚਾਹੇ ਉਹ ਪੰਜਾਬੀ ਯੂਨੀਵਰਸਿਟੀ ਆ, ਉਹ ਪੰਜਾਬ ਯੂਨੀਵਰਸਿਟੀ ਆ, ਉਹ ਲੁਧਿਆਣੇ ਦੀ PAU ਹੈਗੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ। ਮੇਰੇ ਕੋਲ ਬਹੁਤ ਬੱਚੇ ਆਉਂਦੇ ਆ ਜਿਹੜੇ ਕਹਿੰਦੇ ਅਸੀਂ ਪੇਪਰ ਬੜਾ ਚੰਗਾ ਦਿੱਤਾ ਪਰ ਸਾਨੂੰ ਫੇਲ ਕਰਤਾ। ਅਤੇ ਆ ਬੱਚਾ ਮੇਰੇ ਨਾਲ ਮਨਜੀਤ ਸਿੰਘ ਕਪੂਰਥਲਾ ਤੋਂ ਆਇਆ BA, RTI ਦੇ ਜ਼ਰੀਏ ਨੇ ਆਪਣੀ ਆਨਸਰ ਸ਼ੀਟ ਲੈ ਲਈ ਪੋਲੀਟੀਕਲ ਸਾਇੰਸ ਦੇ ਵਿੱਚ। ਪਹਿਲਾਂ ਇਹਦੀ 0 ਨੰਬਰ ਆਇਆ, ਰੀਵੈਲੂਏਸ਼ਨ ਕਰਾਈ ਅਤੇ ਵਧਾ ਕੇ ਕਰਤੇ 13 ਨੰਬਰ। ਇਹਨੂੰ ਸ਼ੱਕ ਪੈ ਗਈ, ਸ਼ੱਕ ਤੋਂ ਬਾਅਦ ਦੇ ਵਿੱਚ ਇਹਨੇ RTI ਲਾਈ। RTI ਲਾਉਣ ਤੋਂ ਬਾਅਦ ਆਨਸਰ ਸ਼ੀਟ ਆ ਗਈ। ਇਹ ਆਨਸਰ ਸ਼ੀਟ ਇਹਨੇ ਆਪਣੇ ਟੀਚਰ ਤੋਂ ਵੀ ਚੈੱਕ ਕਰਾਈ, ਮੇਰੇ ਕੋਲ ਦੇ ਕੇ ਗਿਆ। ਮੈਂ ਵੀ 2 ਪ੍ਰੋਫੈਸਰ ਲੁਧਿਆਣੇ ਦੇ ਉਥੋਂ ਚੈੱਕ ਕਰਾਈਆਂ ਆਨਸਰ ਸ਼ੀਟ ਵੀ, ਇਹ ਟਾਈਟ ਮਾਰਕਿੰਗ ਕਿੰਨੀ ਬਣਦੀ ਆ, ਘੁੱਟ ਕੇ ਹੱਥ ਲਾਈਏ ਤਾਂ ਨੰਬਰ ਕਿੰਨੇ ਬਣਦੇ ਆ, ਜੇ ਘੁੱਟ ਕੇ ਹੱਥ ਚੈੱਕਰ ਲਾਵੇ ਤਾਂ 45 ਬਣਦੇ ਆ, ਜੇ ਖੁੱਲ੍ਹਾ ਲਾ ਦੇਵੇ ਤਾਂ 50 ਬਣਦੇ ਆ। ਦਿੱਤੇ ਕਿੰਨੇ? ਪਹਿਲਾਂ 0, ਫਿਰ 13, ਬਣਦੇ ਹੈਗੇ ਆ ਘੁੱਟ ਕੇ ਹੱਥ ਲਾਉਣ ਦੇ 45, ਜੇ ਖੁੱਲ੍ਹੇ ਹੱਥ ਨਾ ਦੇਵੇ ਤਾਂ 50। ਫੇਲ ਕਰਤਾ। 1500 ਰੁਪਈਆ ਪਹਿਲਾਂ ਤਾਂ ਹੈਗੀ ਆ ਰੀਵੈਲੂਏਸ਼ਨ ਫੀਸ। ਰੀਵੈਲੂਏਸ਼ਨ ਤੋਂ ਬਾਅਦ ਜਦੋਂ ਗੱਲ ਨਹੀਂ ਬਣਦੀ ਤਾਂ ਫਿਰ ਬੱਚਾ ਦੁਬਾਰਾ ਸਪਲੀ ਦਾ ਪੇਪਰ ਦਿੰਦਾ, 1500 ਰੁਪਈਆ ਫਿਰ ਪੁੱਛਦਾ। ਫਿਰ 5 ਅਟੈਂਪਟ ਤੋਂ ਬਾਅਦ ਫਿਰ ਗੋਲਡਨ ਚਾਂਸ 25,000 ਰੁਪਈਆ। ਨੰਬਰ 1 ਬੱਚੇ ਦੇ ਫਿਊਚਰ ਦੇ ਨਾਲ ਖਿਲਵਾੜ, ਨੰਬਰ 2 ਯੂਨੀਵਰਸਿਟੀਆਂ ਨੂੰ ਗ੍ਰਾਂਟ ਨਹੀਂ ਆਉਂਦੀ, ਇਹ ਨਹੀਂ ਮੰਨਦੇ। ਮੈਂ ਪੁੱਛ ਕੇ ਆਇਆ ਅੰਦਰ, VC ਸਾਹਿਬ ਹੈ ਨਹੀਂ ਸੀ, ਡੀਨ ਅਕੈਡਮਿਕ ਮਿਲੇ ਆ, ਕੰਟਰੋਲਰ ਐਗਜ਼ਾਮੀਨੇਸ਼ਨ ਮਿਲੇ ਆ, ਅਤੇ ਇਹ ਨਹੀਂ ਮੰਨਦੇ। ਕਹਿੰਦੇ ਜੀ ਇਹ ਨਹੀਂ ਗੱਲ ਹੋ ਸਕਦੀ। ਮੈਂ ਫਿਰ ਮੈਂ ਤਾਂ ਸਬੂਤ ਪਰੂਫ ਤੁਹਾਡੇ ਕੋਲ ਲੈ ਕੇ ਆਇਆ, ਆਨਸਰ ਸ਼ੀਟ ਮੇਰੇ ਕੋਲ ਪਈ ਆ, ਤੁਸੀਂ ਕੈਲਕੂਲੇਟ ਕਰਕੇ ਨੰਬਰ ਦੱਸ ਦਿਓ ਬਣਦੇ ਕਿੰਨੇ ਆ। ਨੰਬਰ 1 0 ਤੋਂ 13 ਕਰਨ ਵਾਲਾ ਬੰਦਾ, ਜਿਹਨੇ ਪਹਿਲਾਂ 0 ਦਿੱਤੀ ਉਹਦੇ ਲਈ ਪਨਿਸ਼ਮੈਂਟ ਕੀ ਆ? ਅੱਜ ਇਸ ਬੱਚੇ ਦੇ ਫੇਲ ਪਾਸ ਹੋਣ ਦਾ ਸਬਜੈਕਟ ਨਹੀਂ, ਅੱਜ ਸਬਜੈਕਟ, ਅੱਜ ਵਿਸ਼ਾ ਇਹ ਆ ਕਿ ਪੰਜਾਬ ਦੇ ਅੰਦਰ ਐਸੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਹੈ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ ਹੈ, ਜਿਨ੍ਹਾਂ ਦੇ ਨਾਲ ਇਹ ਸਰਕਾਰੀ ਯੂਨੀਵਰਸਿਟੀਆਂ, ਪ੍ਰਾਈਵੇਟ ਯੂਨੀਵਰਸਿਟੀਆਂ, ਕਾਲਜ ਸਿੱਧੇ ਗੰਡਾਸੇ ਨਾਲ ਵੱਢਦੇ ਆ ਅਤੇ ਪੁੱਠੇ ਗੰਡਾਸੇ ਨਾਲ ਵੱਢੀ ਜਾਂਦੇ ਆ। ਉਹਨਾਂ ਦੇ ਕਿੰਨੇ ਵਾਰੀ ਪੇਪਰ ਦਿੱਤਾ ਇਸ ਬੱਚੇ ਨੇ? 3 ਵਾਰੀ ਸੈਕਿੰਡ ਸਮੈਸਟਰ, ਦੈਨ ਆ ਗਿਆ 5th ਸਮੈਸਟਰ, 3 ਵਾਰੀ ਐਗਜ਼ਾਮ ਦਿੱਤਾ, ਕਦੇ 13 ਰੀਵੈਲੂਏਸ਼ਨ ਤੋਂ ਬਾਅਦ, 22, 25, ਅਤੇ ਆ 3 ਪੇਪਰ ਕਢਾਏ ਹੋਏ ਆ। 3 ਪੇਪਰਾਂ ਦੇ ਵਿੱਚ ਆਨਸਰ ਸ਼ੀਟਾਂ ਨੇ ਆ, 3 ਜਿਹੜੇ ਫੇਲ ਕੀਤੇ ਆ, 3 ਐਗਜ਼ਾਮ ਦੇ ਵਿੱਚ ਇਹ ਬੱਚਾ ਪਾਸ ਹੈਗਾ। ਅੱਜ ਐਜੂਕੇਸ਼ਨ ਮਾਫੀਆ ਸਕੂਲਾਂ, ਪ੍ਰਾਈਵੇਟ ਕਾਲਜਿਸ, ਪ੍ਰਾਈਵੇਟ ਯੂਨੀਵਰਸਿਟੀਆਂ, ਪੂਰਾ ਪੰਜਾਬ ਦੇ ਅੰਦਰ ਤੰਡ ਮਚਿਆ ਹੋਇਆ, ਅਤੇ ਜੇ ਸਰਕਾਰੀ ਯੂਨੀਵਰਸਿਟੀਆਂ ਦੇ ਅੰਦਰ ਐਸੇ ਹਾਲਾਤ ਪੈਦਾ ਇਹਨਾਂ ਨੇ ਕੀਤੇ ਹੋਏ ਆ, ਅਤੇ ਇਹਨਾਂ ਦੀ ਅੱਜ ਮੈਂ ਇਸੇ ਵਾਸਤੇ ਸਤਿਕਾਰ ਸਹਿਤ ਇਹਨਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲਿਆਂ ਕੋਲ ਆਇਆ ਵੀ ਭਾਈ ਤੁਸੀਂ ਸਿੱਧਾ ਕੰਮ ਕਰੋ, ਜਿਹੜਾ ਚੈੱਕਰ ਗਲਤ ਕਰ ਰਿਹਾ ਉਹਦੇ ਖਿਲਾਫ ਪਨਿਸ਼ਮੈਂਟ ਕੀ ਹੈ? ਤੁਸੀਂ ਤਾਂ ਕਹਿ ਦਿੱਤਾ ਜੀ ਯੂਨੀਵਰਸਿਟੀ ਪਨਿਸ਼ਮੈਂਟ ਨਹੀਂ ਕਰਦੀ ਹੈ, ਕਿਆ ਮੈਂ ਕੋਰਟ ਦੇ ਵਿੱਚ? ਮੈਂ ਨਹੀਂ, ਕੋਰਟ ਦੇ ਵਿੱਚ ਜਾਣਾ ਨਾ ਜਾਣਾ ਇਹਨਾਂ 'ਤੇ ਹੈਗਾ। ਮੈਂ ਇਹ ਮਸਲਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ VC ਨੂੰ ਮਿਲੂੰਗਾ, ਪੰਜਾਬ ਯੂਨੀਵਰਸਿਟੀ ਦੇ VC ਨੂੰ ਮਿਲੂੰਗਾ, ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ VC ਨੂੰ ਮਿਲਣ ਤੋਂ ਬਾਅਦ ਮੈਂ ਮਸਲਾ ਪੰਜਾਬ ਵਿਧਾਨ ਸਭਾ 'ਚ ਲੈ ਕੇ ਜਾਣਾ। ਇੱਕ ਦਿਨ ਦੀ ਹੁੰਦੀ ਪੰਜਾਬ ਵਿਧਾਨ ਸਭਾ ਲੰਗੜੀ ਐਤਕੀ, ਹੋ ਸਕਦਾ ਕੋਈ ਤੁਹਾਡੇ ਜ਼ਰੀਏ ਆਹ, ਮੈਂ ਉਹੀ ਤੁਹਾਡਾ ਜਵਾਬ ਦੇਣ ਲੱਗਿਆ, ਅਸੀਂ ਲੈ ਕੇ ਗਏ ਹਾਂ ਬਾਹਰ, ਬਾਈਕਾਟ ਕੀਤਾ, ਅਸੀਂ TADA ਲੈਣ ਵਾਲੇ ਨਹੀਂ ਹੈਗੇ, ਅਸੀਂ TADA 'ਤੇ ਹਾਜ਼ਰੀਆਂ ਲਾ ਕੇ ਰੁਪਈਏ ਆਪਣੇ ਖਾਤਿਆਂ 'ਚ ਪਾਉਣ ਵਾਲੇ ਨਹੀਂ ਹੈਗੇ, ਅਸੀਂ ਉਹ ਹਾਂ ਜਿਹੜੇ ਚਾਹੁੰਦੇ ਹਾਂ ਕਿ ਸਿਸਟਮ ਜਿਹੜਾ ਅੱਜ ਕਲੈਪਸ ਹੋਇਆ ਉਹ ਸਿਸਟਮ ਕਿਸੇ ਤਰੀਕੇ ਰੀਅਲ ਹੋਵੇ, ਉਹ ਸਿਸਟਮ ਅਲਾਈਨਮੈਂਟ 'ਤੇ ਆ ਜਾਵੇ। ਅਗਲਾ ਸੈਸ਼ਨ ਹੋ ਸਕਦਾ ਤੁਹਾਡੇ ਆ ਲੋਕਾਂ ਦੀ ਕਚਹਿਰੀ 'ਚ ਜਾਣ ਨਾਲ, ਹੋ ਸਕਦਾ ਕਿ ਥੋੜ੍ਹਾ ਬਹੁਤ ਸ਼ਰਮ ਆ ਜਾਵੇ ਸਮੇਂ ਦੀ ਹਕੂਮਤ ਨੂੰ। ਇੱਕ ਦਿਨ ਦਾ ਨਹੀਂ ਗਾ, ਨਾਲੇ ਉਹ ਸੈਸ਼ਨ ਪੌਣੇ ਦਿਨ ਦਾ ਸੀ। ਮੈਂ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਇਸ਼ੂ ਜਿਹੜਾ ਸਰਕਾਰੀ ਯੂਨੀਵਰਸਿਟੀਆਂ ਲੋਕਾਂ ਦੀ, ਬੱਚਿਆਂ ਦੀ ਛਿੱਲ ਲਾ ਕੇ ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਕਰਦੀਆਂ ਨੇ, ਉਹ ਇਸ਼ੂ ਜ਼ਰੂਰ ਉੱਥੇ ਵੀ ਲੈ ਕੇ ਜਾਓ। ਬੈਂਸ ਸਾਹਿਬ, ਕੱਲ੍ਹ ਡਾਇਰੈਕਟ ਵਿਦ ਦੀ ਨਿਊਜ਼ ਦੇ ਵਿੱਚ ਬ੍ਰਹਮਪੁਰਾ ਸਾਹਿਬ, ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ ਕੀਤਾ, ਉਹ ਮੌਜੂਦ ਸੀ। ਉਹਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਿਲੇ ਨਹੀਂ ਕਰ ਪਾਏਗਾ, ਔਰ ਸਮੇਂ ਦੀ ਗੱਲ ਹੈ, ਸਮੇਂ ਆਉਣ ਤੋਂ ਬਾਅਦ ਹੀ ਲੱਗੇਗਾ ਕਿ, ਕਿਉਂਕਿ ਰਲੇਵੇਂ ਦੀ ਗੱਲ ਚੱਲ ਰਹੀ ਸੀ ਕਿ ਜਿਹੜਾ ਨਵਾਂ ਦਲ ਬਣਿਆ ਛੇਤੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਰਲੇਵਾਂ ਕਰ ਸਕਦਾ, ਬਾਦਲਾਂ ਦੇ ਵਿੱਚ ਰਲੇਵਾਂ ਕਰ ਸਕਦਾ।
ਸੋ ਇਹ ਗੱਲ ਜਿਹੜੀ ਆ ਪੰਜਾਬ ਡੈਮੋਕਰੇਟਿਕ ਅਲਾਇੰਸ ਕੱਲ੍ਹ ਜਿਹਦੇ ਵਿੱਚ ਬਹੁਜਨ ਸਮਾਜ ਪਾਰਟੀ, ਖਹਿਰਾ ਸਾਹਿਬ ਦੇ ਸਾਥੀ ਡਾਕਟਰ ਧਰਮਵੀਰ ਗਾਂਧੀ ਜੀ ਹੋਰਾਂ ਦਾ, ਪੰਜਾਬ ਮੰਚ, ਲੋਕ ਇਨਸਾਫ਼ ਪਾਰਟੀ, ਅਸੀਂ ਸਾਰੇ ਇਕੱਠੇ ਹੋਏ ਹਾਂ। ਇਹ ਗੱਲ ਬੜੀ ਅਹਿਮ ਆ ਕਿ ਅੱਜ ਉਹ ਬਾਦਲ ਦਲ ਤੋਂ ਬਗਾਵਤ ਕਰਨ ਤੋਂ ਬਾਅਦ ਆਇਆ ਕਿ ਉਹ ਵਾਪਸ ਜਾਣ ਦੇ, ਜੈਸਾ ਤੁਸੀਂ ਜਿਹੜੀਆਂ ਤੁਸੀਂ ਸਵਾਲ ਜਿਹੜਾ ਡੀ ਡਬਲਯੂ ਡੀ ਦੇ ਵਿੱਚ ਸਤਿਕਾਰਯੋਗ ਸੰਭਾਵਨਾ ਨੂੰ ਸਿਰੇ ਤੋਂ ਵੀ ਨਹੀਂ ਨਕਾਰਿਆ ਕਿ ਇਸ ਤਰ੍ਹਾਂ ਦੀ ਸੰਭਾਵਨਾ ਬਣਦੀ ਤੁਹਾਨੂੰ ਸਿਰੇ ਤੋਂ ਨਕਾਰਨ ਵਾਲੀ ਗੱਲ, ਕਿਉਂਕਿ ਕੱਲ੍ਹ ਪਾਰਟੀ ਬਣਦੀ ਹੈ। ਬ੍ਰਹਮਪੁਰਾ ਸਾਹਿਬ ਨੂੰ ਮੈਂ ਇੱਕ ਰਾਏ ਦਿੱਤੀ ਸੀ, ਮੇਰੇ ਨਾਲ ਗੱਲ ਹੋਈ ਉਹਨਾਂ ਨੂੰ, ਮੈਂ ਰਾਏ ਦਿੱਤੀ ਸੀ ਬ੍ਰਹਮਪੁਰਾ ਸਾਹਿਬ ਇੱਕ ਪਾਸੇ ਤੁਸੀਂ ਉਸ ਬੰਦੇ ਨੂੰ ਸਹੀ ਕਹੀ ਜਾਂਦੇ ਹੋ ਜਿਹੜਾ ਹੈ ਹੀ ਪੌੜੇ ਦੀ ਜੜ, ਸਤਿਕਾਰਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ 92 ਸਾਲ ਦੇ, ਮੈਂ ਰਿਸਪੈਕਟ ਕਰਦਾ ਉਹਨਾਂ ਦੀ, ਪਰ ਉਹਨਾਂ ਦੇ ਕਰਮ ਦੀ ਰਿਸਪੈਕਟ ਨਹੀਂ। ਉਹਨਾਂ ਨੇ ਜਿੰਨੇ ਆਪਣੀ ਲਾਈਫ ਦੇ ਵਿੱਚ ਚੰਗੇ ਕੰਮ ਕੀਤੇ ਸੀ ਉਹਨਾਂ 'ਤੇ ਮਿੱਟੀ ਪਾਉਂਦੇ ਹੋਏ, ਇੰਨੇ ਮਾੜੇ ਘਟੀਆ ਕੰਮ ਕੀਤੇ ਨਾ ਉਹਨਾਂ ਨੇ, ਤੁਸੀਂ ਉਸ ਬੰਦੇ ਨੂੰ ਤਾਂ ਚੰਗਾ ਕਹੀ ਜਾਂਦੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੰਗਾ, ਸੁਖਵੀਰ ਮਾੜਾ ਅਤੇ ਮਜੀਠੀਆ ਮਾੜਾ। ਪਹਿਲੀ ਤਾਂ ਗਲਤੀ ਉਹਨਾਂ ਦੀ ਇਹ ਹੈਗੀ ਆ, ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ, ਹੋ ਸਕਦਾ ਮੇਰੀ ਗੱਲ ਉਹਨਾਂ ਨੂੰ ਚੰਗੀ ਨਾ ਲੱਗੀ ਹੋਵੇ। ਅਤੇ ਦੂਜਾ ਜਿਹੜਾ ਸਵਾਲ ਤੁਸੀਂ ਕਰਤਾ, ਇਹ ਆ ਜਾਂਦਾ ਫਿਰ ਗੋਲਕਧਾਰੇ ਦੇ ਵਿੱਚ ਵੀ ਇਹ ਕਿਤੇ ਯੂ ਟਰਨ ਤਾਂ ਨਹੀਂ ਮਾਰ ਜਾਣਗੇ। ਲੋਕ ਇਨਸਾਫ਼ ਪਾਰਟੀ ਪੰਜਾਬੀਆਂ ਦੇ ਇਨਸਾਫ਼ ਵਾਸਤੇ ਆ, ਬੇਈਮਾਨਾਂ ਦੇ ਬਰਖਿਲਾਫ਼ ਸੰਘਰਸ਼ ਕਰਨ ਵਾਸਤੇ, ਕਿਸੇ ਐਸੇ ਵਿਅਕਤੀ ਦੇ ਨਾਲ ਜਿਹੜਾ ਮੁੜ ਤੁੜ ਕੇ ਫਿਰ ਉਹੀ ਗੱਲ ਕਰਦਾ ਹੋਵੇ, ਇਹਦੇ 'ਤੇ ਪੂਰੀ ਵਿਚਾਰ ਚਰਚਾ ਕਰਨ ਤੋਂ ਬਾਅਦ ਫੈਸਲਾ। ਇੱਕ ਹੋਰ, ਜਿਵੇਂ ਕੱਲ੍ਹ ਪਟਿਆਲਾ ਦੇ ਵਿੱਚ ਤੁਸੀਂ ਵੀ ਮੰਗ ਕੀਤੀ ਇਨਸਾਫ਼ ਮੋਰਚੇ ਨੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲ ਫਕਰੇ ਕੌਮ ਦਾ ਖਿਤਾਬ ਜਿਹੜਾ ਵਾਪਸ ਲੈ ਲੈਣਾ ਚਾਹੀਦਾ। ਬ੍ਰਹਮਪੁਰਾ ਸਾਹਿਬ ਕਹਿੰਦੇ ਕਿ ਇਹ ਫੈਸਲਾ ਜਿਹੜਾ ਅਕਾਲ ਤਖ਼ਤ ਸਾਹਿਬ ਨੇ ਹੀ ਕਰਨਾ, ਜਥੇਦਾਰ ਨੇ ਕਰਨਾ। ਕਿਤੇ ਨਾ ਕਿਤੇ ਬ੍ਰਹਮਪੁਰਾ ਨੇ ਇਹ ਜਿਹੜਾ ਖਿਤਾਬ ਵਾਪਸ ਲੈਣ ਦੀ ਜਿਹੜੀ ਮੰਗ ਆ, ਉਸਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਸਮਰਥਨ ਹੀ ਕੀਤਾ। ਸੋਫਟ ਕਾਰਨਰ ਰੱਖਦੇ ਆ ਨਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲਈ, ਮੈਂ ਤਾਂ ਤੁਹਾਨੂੰ ਇਹ ਗੱਲ ਪਹਿਲਾਂ ਹੀ ਕਹਿ ਕੇ ਹਟਿਆ ਕਿ ਉਹਨਾਂ ਦਾ ਜਿਹੜਾ ਸੋਫਟ ਕਾਰਨਰ ਆ ਉਹ ਕਈ ਵਾਰੀ ਕਈ ਸ਼ੰਕਾਵਾਂ ਨੂੰ ਜਨਮ ਦਿੰਦਾ। ਉਹ ਸੱਜਣ ਜਿਹੜਾ 5 ਵਾਰ ਪੰਜਾਬ ਦਾ ਮੁੱਖ ਮੰਤਰੀ ਰਿਹਾ ਹੋਵੇ ਅਤੇ 5 ਵਾਰੀ ਰਹੇ ਮੁੱਖ ਮੰਤਰੀ ਦੇ ਅਖੀਰਲੇ 2 ਟਰਮ ਜਿਹੜੇ ਆਪਾਂ ਆਪਣੇ ਪਿੰਡੇ 'ਤੇ ਹੰਢਾਏ ਪੰਜਾਬੀਆਂ ਨੇ, ਉਹ 2 ਟਰਮਾਂ ਦੇ ਵਿੱਚ ਤੁਸੀਂ ਮੁੱਖ ਮੰਤਰੀ ਨੂੰ ਪਾਕ ਸਾਫ਼ ਕਹਿ ਦਿਓ ਅਤੇ ਮੁੱਖ ਮੰਤਰੀ ਦੇ ਮਤਹਿਤ ਲੋਕਾਂ ਨੂੰ ਤੁਸੀਂ ਕਹਿੰਦੇ ਉਹਨਾਂ ਨੂੰ ਪਰੇ ਕਰਦੇ ਹੋ। ਜਿਹੜਾ ਸੋਫਟ ਕਾਰਨਰ ਆ ਬ੍ਰਹਮਪੁਰਾ ਸਾਹਿਬ ਦਾ, ਇਹ ਕਈ ਸ਼ੰਕਾਵਾਂ ਨੂੰ ਜਨਮ ਦਿੰਦਾ। ਇਹ ਸ਼ੰਕਾਵਾਂ ਦੇ ਬਾਵਜੂਦ ਇਨਸਾਫ਼ ਮੋਰਚਾ ਜਿਹੜਾ ਕੱਲ੍ਹ ਦਾ ਡੈਮੋਕਰੇਟਿਕ ਫਰੰਟ ਬਣਿਆ, ਇਹਦੇ ਬਾਵਜੂਦ ਨਵੇਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼। ਮੈਂ ਪਹਿਲਾਂ ਹੀ ਤੁਹਾਡੇ ਸਵਾਲ ਦਾ ਜਵਾਬ ਦੇ ਕੇ ਹਟਿਆ ਕਿ ਇਹ ਬੜਾ ਗੰਭੀਰ ਵਿਸ਼ਾ, ਇਹਦੇ 'ਤੇ ਅਸੀਂ ਜਿੰਨੀਆਂ ਧਿਰਾਂ ਇਕੱਠੀਆਂ ਹੋਈਆਂ ਨੇ ਬਹੁਜਨ ਸਮਾਜ ਪਾਰਟੀ ਸਮੇਤ, ਜਿੰਨੇ ਅਸੀਂ ਚਾਰੋਂ ਧਿਰਾਂ ਇਕੱਠੀਆਂ ਹੋਈਆਂ ਨੇ, ਇਹਦੇ 'ਤੇ ਬੈਠ ਕੇ ਗੰਭੀਰ ਵਿਚਾਰ ਚਰਚਾ ਕਰਾਂਗੇ, ਫਿਰ ਕੋਈ ਫੈਸਲਾ ਲਵਾਂਗੇ। ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ, ਇੱਕ ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ, ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ, ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ, ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ। ਹਰ ਸਮੱਸਿਆ ਦਾ ਹੱਲ 101% ਗਾਰੰਟੀ ਦੇ ਨਾਲ ਕਰਾਂਗੇ। ਕਾਲੇ ਇਲਮ ਦਾ ਸਮਾਧਾਨ ਗਾਰੰਟੀ ਦੇ ਨਾਲ ਕਰਾਓ। ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ। ਸੰਪਰਕ ਕਰੋ 97 817 71 820।